ਸੰਗਰੂਰ ਦੀ ਦਿੜਵਾ ਪੁਲਿਸ ਨੇ ਇੱਕ ਅਜਿਹੇ ਮੋਟਰਸਾਈਕਲ ਚੋਰ ਗਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਕਿ ਪਟਿਆਲਾ ਤੋਂ ਮੋਟਰਸਾਈਕਲ ਚੋਰੀ ਕਰਦੇ ਸਨ। ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦਾ ਦੂਸਰਾ ਸਾਥੀ ਹਜੇ ਫਰਾਰ ਹੈ। ਪੁਲਿਸ ਨੇ ਇਹਨਾਂ ਪਾਸੋਂ ਵੱਡੀ ਗਿਣਤੀ ਵਿੱਚ ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਪਟਿਆਲੇ ਕਾਲੀ ਮਾਤਾ ਮੰਦਿਰ ਅਤੇ ਨਾਲ ਹੀ ਉੱਥੇ ਇੱਕ ਬਾਗ ਵਿੱਚੋਂ ਮੋਟਰਸਾਈਕਲ ਚੋਰੀ ਕਰਦੇ ਸਨ। ਇਹਨਾਂ ਦਾ ਇਰਾਦਾ ਜਲਦੀ ਅਮੀਰ ਹੋਣ ਦਾ ਸੀ। ਪੁਲਿਸ ਨੂੰ ਇਹਨਾਂ ਤੋਂ ਹੋਰ ਵੀ ਰਿਕਵਰੀ ਹੋਣ ਦੀ ਉਮੀਦ ਹੈ। ਮਾਣਯੋਗ SSP ਸੰਗਰੂਰ ਸਰਦਾਰ ਸਰਤਾਜ ਸਿੰਘ ਚਾਹਲ, ਮਾਣਯੋਗ DSP ਦਿੜਬਾ ਪ੍ਰਿਥਵੀ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਸੰਗਰੂਰ ਪੁਲਿਸ ਨੇ ਮਾੜੇ ਅਨਸਰਾਂ ਦੇ ਖਿਲਾਫ ਇੱਕ ਮੁਹਿੰਮ ਵਿੱਢੀ ਹੈ, ਉਸੇ ਦੇ ਲੜੀ ਦੇ ਤਹਿਤ ਅਸੀਂ ਇੱਕ ਮੋਟਰਸਾਈਕਲ ਚੋਰ ਗਰੋਹ ਸੀ ਜਿਹੜਾ ਦੋ ਬੰਦਿਆਂ ਦਾ, ਉਹਦੇ 'ਚੋਂ ਅਸੀਂ ਇੱਕ ਨੂੰ ਕਾਬੂ ਕੀਤਾ ਹੈ। 31 ਤਰੀਕ ਨੂੰ ਸਾਨੂੰ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਸਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਜੋ ਨਵੀਂ ਜੀ ਉਮਰ ਦੇ ਲੜਕੇ ਨੇ ਜੋ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚ ਦਿੰਦੇ ਨੇ, ਅੱਜ ਉਹ ਰੋਗਲੇ ਤੋਂ ਪਾਤਨਾ ਸਾਈਡ ਜਾ ਰਹੇ ਨੇ, ਤਾਂ ਉਹਨਾਂ ਨੂੰ ਨਾਗਾ ਖੇੜੀ ਪਿੰਡ ਦੇ ਕੋਲ ਨਾਕਾਬੰਦੀ ਕਰਕੇ ASI ਦਰਸ਼ਨ ਸਿੰਘ ਦੀ ਟੀਮ ਨੇ ਕਾਬੂ ਕੀਤਾ ਅਤੇ ਕਾਬੂ ਕਰਕੇ ਰਵਿੰਦਰ ਸਿੰਘ ਪਾਸੋਂ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਹੋਇਆ। ਫਿਰ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਦੌਰਾਨੇ ਪੁੱਛਗਿੱਛ ਰਵਿੰਦਰ ਸਿੰਘ ਪਾਸੋਂ 7 ਹੋਰ ਮੋਟਰਸਾਈਕਲ ਸਪਲੈਂਡਰ ਬਰਾਮਦ ਹੋਏ, ਜੋ ਸਾਰੇ ਮੋਟਰਸਾਈਕਲ ਇਹਨਾਂ ਨੇ ਪਟਿਆਲੇ ਤੋਂ ਕਾਲੀ ਮਾਤਾ ਮੰਦਿਰ ਤੋਂ ਅਤੇ ਇੱਕ ਨਾਲ ਹੀ ਕਾਲੀ ਮਾਤਾ ਮੰਦਿਰ ਦੇ ਬਾਰਾਂਦਰੀ ਗਾਰਡਨ ਹੈ ਜਿੱਥੋਂ ਇਹ ਸਾਰੇ ਮੋਟਰਸਾਈਕਲ ਚੋਰੀ ਹੋਏ ਸੀ, ਉਹ ਸਾਰੇ ਬਰਾਮਦ ਕੀਤੇ ਗਏ। ਅਤੇ ਜਿਹੜਾ ਜਸਵਿੰਦਰ ਸਿੰਘ ਹੈ ਉਹ ਅਜੇ ਫਰਾਰ ਹੈ, ਉਸ ਨੂੰ ਵੀ ਜਲਦੀ ਕਾਬੂ ਕਰਕੇ ਉਸ ਤੋਂ ਵੀ ਭਾਰੀ ਮਾਤਰਾ ਵਿੱਚ ਰਿਕਵਰੀ ਹੋਣ ਦੀ ਉਮੀਦ ਹੈ। ਇਹ ਸਾਡੀ ਦਿੜਬਾ ਥਾਣੇ ਦੀ ਪੁਲਿਸ ਦੀ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ। ਅਸੀਂ ਕਾਫੀ ਭਾਰੀ ਮਾਤਰਾ ਵਿੱਚ ਇਹ ਮੋਟਰਸਾਈਕਲ ਬਰਾਮਦ ਕੀਤੇ ਨੇ। ਇਹ ਮੁੰਡਾ ਹਜੇ ਨਵੀਂ ਉਮਰ ਦਾ ਹੀ ਹੈ, 20 ਸਾਲ ਉਮਰ ਹੈ ਇਹਦੀ, ਹਜੇ ਇਹਦਾ ਪੁਰਾਣਾ ਰਿਕਾਰਡ ਤਾਂ ਠੀਕ ਹੈ ਪਰ ਇਹ ਨਵਾਂ ਹੀ ਇਸ ਕੰਮ 'ਚ ਪਿਆ ਸੀ ਵੀ ਛੇਤੀ ਅਮੀਰ ਹੋਣ ਦੇ ਚੱਕਰ 'ਚ ਵੀ ਕੰਮ ਨਾ ਕਰਨਾ ਪਵੇ, ਉਸ ਚੱਕਰ ਦੇ ਵਿੱਚ ਇਹ ਉਲਝ ਗਿਆ। ਇਹਨਾਂ ਦੋਵਾਂ ਦੀ ਇਹਦੇ ਦੱਸਣ ਮੁਤਾਬਕ ਜਿਹੜਾ ਜਸਵਿੰਦਰ ਹੈ ਉਹ ਇਹਦੇ ਨਾਲ ਜਾਂਦਾ ਸੀ, ਇਹ ਇਕੱਠੇ ਹੀ ਮੋਟਰਸਾਈਕਲ ਚੋਰੀ ਕਰਕੇ ਲੈ ਕੇ ਆਉਂਦੇ ਸੀ। ਹਜੇ ਇੱਕ ਮੁੰਡਾ ਸਾਨੂੰ ਇਹਨੇ ਹੋਰ ਦੱਸਿਆ, ਉਹ ਪਾਤਨਾ ਏਰੀਏ ਦਾ, ਸੰਬੰਧਿਤ ਥਾਣੇ ਨੂੰ ਵੀ ਸੂਚਿਤ ਕਰ ਦਿੱਤਾ ਜਾਊਗਾ ਕਿ ਉਸ ਏਰੀਏ ਦਾ ਇੱਕ ਲੜਕਾ ਉਹ ਵੀ ਪਟਿਆਲੇ ਤੋਂ ਰੂਟੀਨ 'ਚ ਮੋਟਰਸਾਈਕਲ ਚੋਰੀ ਕਰਦਾ, ਉਹ ਜਿਹੜਾ ਸੰਬੰਧਿਤ ਪਾਤਨਾ ਥਾਣਾ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ। ਬਿਲਕੁਲ, ਇਹ ਜਿੰਨੇ ਵੀ ਮੋਟਰਸਾਈਕਲ ਚੋਰੀ ਹੋਏ ਨੇ ਇਹ ਸਾਰੇ ਉਸ ਸੰਬੰਧਿਤ ਥਾਣੇ ਨੂੰ ਸੂਚਨਾ ਹਿੱਤ ਭੇਜ ਦਿੱਤੇ ਜਾਣਗੇ ਅਤੇ ਇਹਨਾਂ ਨੂੰ ਸਪੁਰਦਾਰੀ ਦੇ ਉੱਤੇ ਦੇ ਦਿੱਤਾ ਜਾਊਗਾ।